ਬਾਕੀ ਰੇੜੀ ਖਿਲਾਰ ਦਿੱਤੀ, ਦੁਬਾਰਾ ਲਾਉਣ ਵਾਲਾ ਹੋਇਆ ਵਾ। ਹਵੇਲੀ ਆ ਗਿਆ ਵਾ, ਤੇਲ ਭੈਣ ਪੱਠੇ ਕੁਤਰ ਦਿੱਤੇ ਆ। ਮਰਬੇ ਆ ਗਏ ਆ ਅਤੇ ਬਾਕੀ ਗੋਹਾ ਲੱਦ ਲਿਆਂਦਾ ਪਿੰਡ ਵਾਲਾ, ਅਤੇ ਹੁਣ ਸਿੱਧੇ ਜਾ ਕੇ ਡੇਰੇ ਵਾਲਾ ਗੋਹਾ ਲੱਦੇ ਹਾਂ, ਅਤੇ ਬਾਕੀ ਫਿਰ ਦੇਖ ਲਓ ਮਰਬਾ ਆਪਣਾ। ਅਤੇ ਆਹ ਸਕੂਲ ਜਿਹੜਾ ਉਦਣ ਦੱਸਿਆ ਸੀਗਾ ਪਿੱਛੋਂ ਸ਼ੁਰੂ ਹੋ ਜਾਂਦਾ ਵਾ, ਇੱਥੇ ਤੀਕਰ ਮੁੱਕ ਜਾਂਦਾ ਵਾ। ਬਾਕੀ ਸਵੇਰ ਦਾ ਟਾਈਮ ਹਜੇ ਕੋਈ ਮਰੱਬੇ ਵੀ ਨਹੀਂ ਹੈਗਾ, ਅਤੇ ਬਾਕੀ ਮੈਂ ਗੋਹਾ ਲੱਦਣਾ ਫਿਰ ਅੱਗੇ ਵਲੋਗ ਬਣਾਉਂਦਾ। ਗੋਹਾ ਲੱਦਣ ਲੱਗਾ ਵਾ ਹੁਣ ਡੇਰੇ ਵਾਲਾ, ਅਤੇ ਮੈਂ ਪੱਲੀਆਂ ਪੱਲੀਆਂ ਲਾ ਲਵਾਂ, ਦਾਤ ਲਾ ਲਵਾਂ, ਅਤੇ ਨਾਲ ਲਿਬੜ ਜਾਂਦਾ ਜੋ ਗੋਹਾ ਤੋਂ ਸੁੱਟੀ ਦੇਣਾ ਇਹਦੇ ਲਿਬੜ ਜਾਂਦਾ ਵਿੱਚ ਵਿੱਚ ਫਸਿਆ ਪਿਆ ਵਾ। ਅਤੇ ਬਾਕੀ ਇੱਧਰਲੀ ਸਾਈਡ ਤੋਂ ਗੋਹਾ ਥੱਡੀ ਕਹਿੰਦੇ ਆ, ਇਹ ਮੈਂ ਉੱਤੇ ਨੂੰ ਕਰ ਦਿੰਦਾ ਵਾ। ਲੋਏ ਹੁਣ ਲੱਦਣ ਲੱਗਾ ਗੋਹਾ ਡੇਰੇ ਵਾਲਾ, ਅਤੇ ਉਸ ਤੋਂ ਬਾਅਦ ਫਿਰ ਜਾ ਕੇ ਲਾਉਂਦੇ ਹਾਂ ਉੱਥੇ ਅੱਗੇ ਆਪਾਂ, ਉੱਥੇ ਲਾਉਣ ਤੋਂ ਬਾਅਦ ਫਿਰ ਜਾਂਦੇ ਹਾਂ ਅੱਗੇ। ਅਤੇ ਬਾਕੀ ਹੁਣ ਤੁਸੀਂ ਗੋਹਾ ਲਾਦੇ ਦੀ, ਹੁਣ ਗੋਹਾ ਲਾਦੇ ਦੀ ਹੁਣ ਤੁਸੀਂ ਵੀਡੀਓ ਦੇਖੋ। ਲੱਦ ਲਿਆ ਵਾ ਡੇਰੇ ਵਾਲਾ ਵੀ, ਅਤੇ ਬਾਕੀ ਥੱਲੇ ਦੇਖ ਲਓ ਤੁਸੀਂ। ਬਾਕੀ ਜਾ ਕੇ ਹੁਣ ਉੱਥੇ ਲਾਉਂਦਾ ਵਾ ਢੇਰ ਦੇ ਉੱਤੇ ਗੋਹਾ, ਅਤੇ ਫਿਰ ਜਾਂਦੇ ਹਾਂ ਆਪਾਂ ਰੇੜੀ ਲਿਆ ਕੇ ਅੱਗੇ। ਬਾਕੀ ਹੁਣ ਉੱਥੇ ਆਪਣਾ ਢੇਰ, ਉੱਥੇ ਜਾ ਕੇ ਲਾਉਂਦੇ ਹਾਂ ਗੋਹਾ, ਅਤੇ ਬਾਕੀ ਹੁਣ ਅੱਗੇ ਤੁਸੀਂ ਵੀਡੀਓ ਦੇਖੋ ਗੋਹਾ ਲਾਉਂਦੇ ਜੀ। ਗੋਹਾ ਗੋਹਾ ਲਾਤਾ ਵਾ, ਅਤੇ ਅੱਜ ਪਿੰਡੋਂ ਵੀ ਲੇਟ ਆਏ ਹਾਂ, ਨਹੀਂ ਤਾਂ ਅੱਗੇ 8 ਵਜੇ ਗੋਹਾ ਲਾ ਦੀ, 8 ਵਜੇ ਕਹਿੰਦਾ 6 ਵਜੇ ਗੋਹਾ ਲਾਈਦਾ ਸੀਗਾ, ਅਤੇ ਬਾਕੀ ਅੱਜ 6 ਵਜੇ ਗੋਹਾ ਮੈਂ ਇੱਥੇ ਲੱਦਣ ਰਿਹਾ ਸੀਗਾ ਡੇਰਿਓਂ, ਅਤੇ ਫਿਰ ਲਾਇਆ 6:15 ਮਹੀਨਾ ਹੋ ਹੀ ਗਿਆ ਹੁਣ, 15 ਮਿੰਟ ਹੋ ਹੀ ਗਏ ਹੁਣ ਲੱਦ ਕੇ ਲਾਉਣ ਦਾ। ਅਤੇ ਬਾਕੀ ਹੁਣ ਸਿੱਧੇ ਜਾਣਾ ਪਾ ਕੇ ਮਰੱਬੇ, ਅਤੇ ਬਾਕੀ ਜਾ ਕੇ ਲਵੇ ਤੂੜੀ ਪਾਉਣ ਦਿਆ ਵਾ, ਅਤੇ ਆਪਾਂ ਤੂੜੀ ਲੱਦੇ ਹਾਂ, ਅਤੇ ਟੂਆ ਫੇਰਾ ਮਾਰ ਕੇ ਅਤੇ ਫਿਰ ਆਪਾਂ ਜਾਂਦੇ ਹਾਂ ਪੱਠੇ ਵੱਢਣ, ਪੱਠੇ ਵੱਢ ਕੇ ਫਿਰ ਆਪਾਂ ਲਾ ਦਿੰਦੇ ਹਾਂ। ਅਤੇ ਬਾਕੀ ਹੁਣ ਮੈਂ ਅੱਗੇ ਜਾਂਦਾ ਫੇਰਾ ਮਾਰਨ, ਫਿਰ ਅੱਗੇ ਦੇਖਦੇ ਹਾਂ। ਬਾਕੀ ਰੇੜੀ ਖਿਲਾਰ ਦਿੱਤੀ ਹੈ, ਅਤੇ ਰਸਾ ਬੰਨਤਾ ਥੱਲੇ, ਅਤੇ ਬਾਕੀ ਆ ਫੱਟਾ ਅਤੇ ਸੋਟੀ ਲਾਤੀ ਹੈ, ਲੱਲੇ ਪਵਾਉਂਦੇ ਆ ਤੂੜੀ, ਅਤੇ ਮੈਂ ਚੱਲਾਂ ਟੋਲਾ ਫੇਰਾ ਮਾਰਨ, ਅਤੇ ਬਾਕੀ ਹੁਣ
ਇਹਨਾਂ ਨੇ ਮੈਂ ਭਰ ਲਿੱਤਾ ਕਮਾਦ ਕੱਲ੍ਹ ਆਪਣੇ ਸਾਹਮਣੇ ਲਾਉਣੀ ਹਾਈਡ ਵਾਹਨ ਦੀ ਲੋੜ ਹੈ ਨਹੀਂ ਸੀਗੀ ਕਿਉਂਕਿ ਇਹਨਾਂ ਦੀ ਖੇਲਾਂ ਅੱਗੇ ਸਿੱਧੀਆਂ ਸੀ ਅਤੇ ਆਪਣੇ ਵਾਲੇ ਚੂਹਾ ਬਹੁਤ ਲੱਗ ਜਾਂਦਾ ਕਮਾਦ ਨੂੰ ਬਾਕੀ ਦਵਾਈ ਦਵੂਈ ਲਿਆ ਕੇ ਪਾਈ ਆ ਹੁਣ ਬਾਕੀ ਫਲੱਡ ਵੀ ਕਰੀ ਦੀ ਆ ਜੇ ਕਮਾਦ ਵੱਡਾ ਹੋ ਜਾਂਦਾ ਨਾ ਫਿਰ ਦਵਾਈ ਵਿੱਚ ਖਿਲਰਦੀ ਨੀਗੀ ਫਿਰ ਫਲੱਡ ਕਰਨੀ ਪੈਂਦੀ ਆ ਫਿਰ ਉਹਦੇ ਨੱਕੇ ਦੇ ਅੱਗੇ ਬੋਰਾ ਰੱਖ ਕੇ ਅਤੇ ਆਹ ਜਿਹਦੇ ਨਾਲ ਪਾਣੀ ਅੱਗੇ ਜਾਈ ਜਾਂਦਾ ਉੱਦਾਂ ਉੱਦਾਂ ਨੂੰ ਹਿਲਾਈ ਜਾਈਦਾ ਅਤੇ ਜੋ ਨੀਲੀ ਨਿਕਲਦੀ ਆ ਅਤੇ ਠੰਡੀ ਠੰਡੀ ਹੁੰਦੀ ਆ ਉਹ ਅਤੇ ਬਾਕੀ ਅਸੀਂ ਇੱਦਾਂ ਫਿਰ ਬਾਅਦ 'ਚ ਪਾਈ ਦੀ ਖਾਦ ਅਤੇ ਹੁਣ ਤੁਹਾਡਾ ਪਤਾ ਨਹੀਂ ਤੁਸੀਂ ਹੁਣ ਕਿੱਦਾਂ ਪਾਉਂਦੇ ਹੋਵੋਗੇ ਅਤੇ ਬਾਕੀ ਕਮਾਦ ਸੁੱਕ ਗਿਆ ਵਾ ਪਾਣੀ ਦੁਬਾਰਾ ਲਾਉਣ ਵਾਲਾ ਹੋਇਆ ਵਾ ਅਤੇ ਬਾਕੀ ਹੁਣ ਦੇਖਦੇ ਹਾਂ ਬੁੱਕ ਤਾਂ ਕਹਿੰਦੇ ਫਿਰ ਭਰੋ ਹਜੇ ਭਾਰ ਹੋਣਾ ਨਹੀਂ ਕਿਉਂਕਿ ਉਹ ਲੱਗੇ ਅਤੇ ਜੇ ਵਾਢੇ ਉੱਧਰੋਂ ਪਹਿਲਾਂ ਫਾਰਗ ਹੋ ਲਈਏ ਬਾਅਦ 'ਚ ਫਿਰ ਸ਼ਾਇਦ ਮੈਂ ਆਪਣੇ ਵੱਲੋਂ ਕਹਿੰਦੇ ਆ ਇਹ ਨਹੀਂ ਕਹਿੰਦੇ ਵੀ ਅੱਬੂ ਕਹਿੰਦੇ ਇੱਦਾਂ ਮੈਂ ਆਪਣੇ ਵੱਲੋਂ ਕਹਿੰਦੇ ਆ ਵੀ ਇੱਦਾਂ ਹੋਊਗਾ ਅਤੇ ਬਾਕੀ ਜਾਂਦੇ ਟੂਵਲ 'ਤੇ ਬਾਕੀ ਕੱਲ੍ਹ ਪਾਣੀ ਜਾਣ ਰਿਹਾ ਸੀਗਾ ਉਹ ਪਾਲੀ ਖਾਲੀ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਮੈਂ ਐਨ ਨੂੰ ਪਾਣੀ ਕੱਲ੍ਹ ਜਾਣ ਰਿਹਾ ਸੀਗਾ ਅਤੇ ਅੱਜ ਪਾਣੀ ਅਸਿੱਧਾ ਹੋ ਗਿਆ ਜਿਹੜਾ ਕੱਲ੍ਹ ਦਿਖਾਉਂਦੇ ਨੇ ਇਹ ਖਾਲਾ ਸਿੱਧੇ ਚੱਲ ਜਾਂਦਾ ਐਨ ਸਿੱਧੇ ਨੰਘ ਜਾਂਦਾ ਇੱਥੋਂ ਤਾਂ ਸਿੱਧੇ ਇਹ ਉੱਧਰ ਨੂੰ ਪਾਣੀ ਹੋ ਗਿਆ ਵਾ ਅਤੇ ਬਾਕੀ ਹਾਂ ਉਹ ਪਾਲੀ ਮੇਰਾ ਬੇਲੇ ਪਾਣੀ ਲੈ ਗਏ ਇੱਥੋਂ ਬਾਈ ਉੱਥੋਂ ਹੀ ਵੱਜਦਾ ਸਾਰਾ ਪਾਣੀ ਅਤੇ ਪਿੱਛੋਂ ਆਪਣੇ ਮੇਰਾ ਬੇਲੇ ਲੈ ਕੇ ਆਉਂਦੇ ਅਤੇ ਉਹ ਜਿਹੜਾ ਢਿੱਬਾ ਦਿਖਾਉਂਦੇ ਆ ਤੁਹਾਨੂੰ ਉਹ ਸਾਹਮਣਾ ਢਿੱਬਾ ਉੱਥੇ ਤੇ ਕਰਾਂ ਉਹ ਤੋਂ ਪਹਿਲਾਂ ਫਿਰ ਦੂਜਾ ਮੇਰਾ ਬਸ਼ਰੂ ਹੋ ਜਾਂਦਾ ਅਤੇ ਬਾਅਦ 'ਚ ਫਿਰ ਉਹ ਪਾਣੀ ਪਾਲੀ ਸਾਈਡ ਤੋਂ ਜਾਂਦਾ ਢਿੱਬੇ ਤੋਂ ਪਾਲੀ ਸਾਈਡ 'ਤੇ ਨਾ ਉਹ ਪਾਲੇ ਖਾਲੇ ਪਾਣੀ ਜਾਂਦਾ ਜਾਂ ਤੁਹਾਨੂੰ ਮੈਂ ਕੱਲ੍ਹ ਦੱਸ ਦਿੰਦਾ ਵੀ ਖਾਲਾ ਹੀ ਬਹੁਤ ਸਾਫ਼ ਆ ਅਤੇ ਬਾਕੀ ਆ ਇਹਨਾਂ ਨੇ ਕਮਾਦ ਵਾਇਆ ਉਦੋਂ ਦਾ ਹੋ ਗਿਆ ਇਹਨਾਂ ਨੂੰ ਇਹਨੂੰ ਵਾਏ ਨੂੰ ਹੋ ਗਏ ਹੁਣੇ ਆ 6-7 ਦਿਨ ਹੋ ਗਏ ਹੁਣੇ ਵਾਏ ਨੂੰ ਅਤੇ ਪਾਣੀ ਇਹਨਾਂ ਨੇ ਹਜੇ ਤੱਕ ਲਾਇਆ ਹੈ ਨਹੀਂ ਅਤੇ ਕਮਾਦ ਮਾੜਾ ਹੀ ਆ ਉਦਾਂ ਅਤੇ ਬਾਕੀ ਹੁਣ ਫੇਰਾ ਮਾਲੀ ਟੂਲਾ ਇਹਦੇ ਵਿੱਚ ਅਸੀਂ ਹਰ ਵਾਰੀ ਮਿੱਟੀ ਸੁੱਟੀ ਦੀ ਟੋਏ ਦੇ ਵਿੱਚ ਇੱਥੋਂ ਮਿੱਟੀ ਚੱਕ ਕੇ ਨਾ ਪੈਲੀ 'ਚੋਂ ਇੱਥੇ ਸੁੱਟੀ ਦੀ ਆ ਜਾਂ ਇੱਧਰੋਂ ਚੱਕ ਕੇ ਸੁੱਟ ਦੇਈਦੀ ਆ ਫਿਰ ਇਹ ਪਤਾ ਨਹੀਂ ਮਿੱਟੀ ਜਾਂਦੀ ਕਿੱਥੇ ਆ ਦੇਖਦਾ ਹੀ ਨਹੀਂ ਗਾ ਅਤੇ ਬਾਕੀ ਆ ਉੱਦਾਂ ਦਾ ਵਾ ਗਿਆ ਵਾ ਕਮਾਦ ਅਤੇ ਬੂਟੀ ਚੱਕ ਕਰੋ ਬੰਦੇ ਦੇ ਬਰਾਬਰ ਬਰਾਬਰ ਬੂਟੀ ਆਉਂਦੇ ਹੀ ਆ ਜਿੱਦਾਂ ਇਹ ਆਪਾਂ ਨੂੰ ਛਾਂਗਣੀ ਪੈਣੀ ਜਿੱਦਾਂ ਛਾਂਗਣੀ ਪਈ ਆਪਾਂ ਤਾਂ ਪਾਲੀ ਵੱਟ ਦੀ ਛਾਂਗਾਂਗੇ ਨਾ ਆਪਣੇ ਵਾਲੀ ਦੀ ਮੈਂ ਤਾਂ ਦੂਜੀ ਵੱਟ 'ਤੇ ਤੁਰਿਆ ਜਾਂਦਾ ਆਹ ਕਮਾਦ ਦਾ ਦਿਖਾਉਣ ਦਾ ਕਰਕੇ ਨਾ ਅਤੇ ਬਾਕੀ ਆਪਾਂ ਆਪਣੀ ਵੱਟ 'ਤੇ ਹੋ ਜਾਂਦੇ ਅਤੇ ਬਾਕੀ ਕਣਕਾਂ ਕੁਣਕਾਂ ਹਜੇ ਆ ਇੱਧਰੋਂ ਪਈ ਕਣਕ ਅਤੇ ਇੱਧਰ ਆਪਣੇ ਹੁਣ ਲੱਗ ਗਈ ਲੇਬਰ ਉਹ ਸਾਂਭ ਲਈ ਕਣਕ ਨੂੰ ਐਸ ਰੋਣੀ ਇਹ ਕਿੱਲਾ ਛੱਡ ਕੇ ਨਾ ਉਹ ਅੱਗੇ ਜਾ ਕੇ ਆਉਂਦਾ ਵਾ ਆਹ ਉੱਲੀ ਸਾਈਡ 'ਤੇ ਕਿੱਲਾ ਵਾ ਜਿਹੜਾ ਕਮਾਦ ਤੋਂ ਪਰਾਂ ਨਾ ਇਹ ਆਹ ਜਿਹੜਾ ਆਹ ਜਿਹੜੀ ਇੱਥੋਂ ਸ਼ੁਰੂ ਹੋ ਜਾਂਦੀ ਆ ਨਾ ਇਹ ਨਹੀਂ ਆਪਣੀ ਆਪਣੀ ਉਹ ਥੋੜ੍ਹੀ ਜਿਹੀ ਜਿੱਥੋਂ ਖਾਲੀ ਆ ਨਾ ਉੱਥੋਂ ਥੋੜ੍ਹੀ ਜਿਹੀ ਉਰੇ ਦੁਆੜ ਆ ਉੱਥੇ ਆਪਣੀ ਅਤੇ ਲੇਬਰ ਹੁਣ ਲੱਗੀ ਕੱਲ੍ਹ ਦੀ ਉੱਥੇ ਅਤੇ ਥੋੜ੍ਹੀਆਂ ਭਰੀਆਂ ਵੱਢੀਆਂ ਉੱਥੋਂ ਉਹਨਾਂ ਨੇ ਅਤੇ ਬਾਕੀ ਪਾਲੀ ਦੁਆੜ ਵੱਢ ਦਿੱਤੀ ਦੋਵਾਂ ਦਿਨਾਂ ਦੇ ਵਿੱਚ ਅਤੇ ਉਹ ਫਿਰ ਚੱਲ ਗਏ ਸੀ ਗਾਹਣ ਕੱਲ੍ਹ ਤੋਂ ਨਵਾਂ ਦਿਖਾਇਆ ਵੀ ਸੀ ਕਿਉਂਕਿ ਗਾਹ ਕੇ ਆ ਗਏ ਆ ਅਤੇ ਬਾਕੀ 2 ਕਿੱਲੇ ਕਹਿੰਦੇ ਸੀ ਵੀ ਉਹਨਾਂ ਨੇ ਗਵਾਉਣੀ ਆ 2 ਕਿੱਲੇ ਗਵਾਈ ਨਹੀਂ ਗੀ ਅਤੇ ਹੁਣ ਪੁੱਛਦੇ ਹਾਂ ਜਿਹਨੇ ਗਵਾਈ ਕਣਕ ਵੀ ਤੁਸੀਂ ਕਿੰਨੇ ਕੈਸ ਰੇਟ 'ਤੇ ਗਵਾਈ ਇਹਨਾਂ ਦੇ ਕੋਲੋਂ ਇਹਨਾਂ ਫਿਰ ਦਾਣੇ ਜ਼ਿਆਦਾ ਮਾਂਜ ਲੈਣ ਆਪਣੇ ਕੋਲੋਂ ਅਤੇ ਬਾਕੀ ਆ ਜਾਂਦਾ ਜਿਹੜਾ ਢਿੱਬੇ ਤੋਂ ਪਾਲਾ ਮੇਰਾ ਬਾ ਉੱਧਰ ਨੂੰ ਖਾ ਲਾ ਅਤੇ ਆ ਜਾਂਦਾ ਇੱਧਰ ਨੂੰ ਇਹ ਇੱਥੇ ਰਹਿ ਜਾਂਦਾ ਵਾ ਇਸ ਮੁਰੱਬੇ ਦੇ ਵਿੱਚ ਅਤੇ ਬਾਕੀ ਆ ਨਿਕਲ ਜਾਂਦਾ ਸਿੱਧੇ ਬਹੁਤ ਦੂਰ ਜਾਂਦਾ ਇਹ ਖਾ ਲਾ ਅਤੇ ਅੱਗੇ ਆਪਣਾ ਆ ਜਾਂਦਾ ਵਾ ਇਹ ਤਾਂ ਇੱਥੇ ਜਾ ਕੇ ਥੋੜ੍ਹੇ ਅੱਗੇ ਜਾ ਕੇ ਮੁੱਕ ਜਾਂਦਾ ਵਾ ਬਾਕੀ ਇਹਨਾਂ ਨੇ ਟੂਆ 'ਚ ਲਿਆ ਸੀਗਾ ਹੌਦੀ 'ਚ ਪਾਣੀ ਖੜ੍ਹਾ ਨਹੀਂ ਤਾਂ ਇਹਨਾਂ ਦੇ ਪਾਣੀ ਤਾਂ ਨਹੀਂ ਹੌਦੀ 'ਚ ਖੜ੍ਹਾ ਹੁੰਦਾ ਅਤੇ ਬਾਕੀ ਮਾੜੇ ਆ ਉੱਧਰ ਆਪਾਂ ਸਪਰੇਅ ਕੀਤੀ ਆ ਪਾਣੀ ਕਿੰਨਾ ਕਿੰਨਾ ਥੱਲੇ ਚੱਲ ਗਿਆ ਇੱਥੇ ਇੱਥੇ ਤਾਂ ਕਰਤੇ ਗਾ ਜਿੱਥੇ ਤਾਂ ਕੂਲੀ ਲੱਗੀ ਹੈ ਨਾ ਅਤੇ ਬਾਕੀ ਮੈਂ ਕਈ ਫੇਰ ਦਿੰਦਾ ਹੁੰਦਾ ਇਹਦੇ ਵਿੱਚ ਇਹ ਫਿਰ ਲੱਗ ਜਾਂਦੀ ਹੈ ਜਿੰਨੀ ਮਰਜ਼ੀ ਵਾਰੀ ਫੇਰ ਲੈਣਾ ਕਈ ਫਿਰ ਲੱਗੀ ਰਹਿੰਦੀ ਹੈ ਉਰਲੀ ਅਤੇ ਬਾਕੀ ਆਹ ਚੰਗਾ ਵੱਡਾ ਹੁੰਦਾ ਸੀ ਇੱਥੇ ਇਹ ਆਹ ਜਿੱਦਾਂ ਜਾਮਣ ਆ ਨਾ ਇਹ ਤੋਂ ਥੋੜ੍ਹੀ ਜਿਹੀ ਹਲਕੀ ਹੋਣੀ ਆ ਚੰਗੀ ਮੋਟੀ ਹੁੰਦੀ ਸੀ ਅਤੇ ਇਹ ਜਿਹੜੀ ਆਹ ਟਾਹਲੀ ਉੱਗੀ ਹੈ ਇੰਨੀ ਕੁ ਹੋਣੀ ਆ ਜਿੰਨੀ ਕੁ ਆਹ ਨਾ ਆਹ ਜਿਹੜਾ ਇੰਨੀ ਕੁ ਹੋਣੀ ਹੈ ਜਦੋਂ ਦੀ ਪਟਾਈ ਹੈ ਉਹ ਤੋਂ ਬਾਅਦ ਇਹੀ ਹੋਈ ਹੈ ਬਾਕੀ ਟਾਹਲੀਆਂ ਤਾਂ ਆਹ ਆਪਣੇ ਵਾਲੀ ਵੱਟ 'ਤੇ ਬਹੁਤ ਸੀਗੀਆਂ ਐਸ 'ਤੇ ਇਹ ਵਿੱਚੋਂ ਪਟਾਤੀਆਂ ਅਤੇ ਕੁਛ ਕਮਾਦੀਆਂ ਪੱਟ ਵੱਢ ਲਿਆ ਸੀ ਪੱਟ ਦਿੱਤੀਆਂ ਕਿਉਂਕਿ ਸੁੱਕ ਗਈਆਂ ਸੀਗੀਆਂ ਆਪੂ ਕਹਿੰਦੇ ਲੋਕਾਂ ਨੇ ਇਹ
ਝਾੜ ਝਾੜ ਕੇ ਲਈ ਜਾਣੀਆਂ ਵਾ ਅਤੇ ਇਸ ਕਰਕੇ ਪੱਟ ਲਈਆਂ ਸੀਗੀਆਂ। ਅਤੇ ਇੱਕ ਹਾਂ ਥੋੜ੍ਹੇ ਅੱਗੇ ਜਾ ਕੇ ਨਾ ਬੜੀ ਤਗੜੀ ਟਾਹਲੀ ਸੀਗੀ ਇੱਥੇ, ਅਤੇ ਇੱਥੇ ਆਪਣੇ ਲੇਬਰ ਲੱਗੀ ਸੀ ਇਸ ਦੁਆਰ ਜਾ 'ਚ ਪੱਠੇ ਆ ਇਸ ਦੇ ਵਿੱਚ, ਅਤੇ ਉਹਨਾਂ ਨੇ ਇੱਥੋਂ ਪੱਟੀ ਸੀਗੀ ਇਹ ਇੱਥੋਂ ਕਰਕੇ ਇੱਥੋਂ ਪੱਟ ਕੇ ਉਹਨਾਂ ਰੱਖ ਦਿੱਤੀ ਵੀ ਹਾਂ ਆਪਾਂ ਸ਼ਾਮ ਨੂੰ ਜਾਂਦੇ ਫਿਰ ਲੈ ਜਾਵਾਂਗੇ ਅਸੀਂ। ਮੈਨੂੰ ਉੱਥੇ ਵਾਹ ਵੀ ਹਨੇਰਾ ਹੋ ਗਿਆ ਕੰਡੇ ਦੇ ਉੱਤੇ, ਅਤੇ ਜਦੋਂ ਸੁਬਾਹ ਨੂੰ ਆ ਕੇ ਦੇਖਿਆ ਤਾਂ ਇੱਥੋਂ ਭਾਈ ਸਾਹਿਬ ਆਹ ਲੱਕੜ ਹੁਣੀ ਗਾਇਬ, ਅਤੇ ਉਦੋਂ ਲੇਬਰ ਲੱਗੀ ਸੀਗੀ ਇੱਥੇ ਲੇਬਰ ਲੱਗੀ ਸੀ ਇਸ ਤੋਂ ਇਸ ਕਿੱਲੇ ਦੇ ਵਿੱਚ, ਅਤੇ ਆਬੂ ਕਹਿੰਦੇ ਸ਼ਾਇਦ ਇਹਨਾਂ ਨੇ ਚੱਕੀ ਹੋਵੇ ਪਰ ਅਸੀਂ ਪੁੱਛਿਆ ਤਾਂ ਨਹੀਂ। ਜੇ ਨਾ ਚੱਕੀ ਹੋਵੇ ਬੰਦਾ ਬੁਰਾ ਲੱਗਦਾ ਵੀ ਉਹਨਾਂ ਨੇ ਕਹਿੰਦਾ ਸਾਡੇ 'ਤੇ ਸ਼ੱਕ ਕੀਤੀ ਹੈ, ਅਤੇ ਜੇ ਹੋਣ ਵੀ ਲਾਗੇ ਛਾਗੇ ਤਾਂ ਫਿਰ ਬੰਦਾ ਪੁੱਛਦਾ ਚੰਗਾ ਲੱਗਦਾ ਹੈ ਵੀ ਦੂਰ ਦੇ ਹਨ ਉਹ। ਅਤੇ ਉਹ ਜਿਹੜਾ ਮੈਂ ਕਹਿੰਦਾ ਸੀਗਾ ਵੀ ਇੱਕ ਵਾਰੀ ਲੈ ਜਾਂਦੇ ਦੋਵਾਂ ਦਿਨਾਂ ਦਾ ਛਿੱਲ ਕੇ ਨਾ, ਮਤਲਬ ਵੀ ਜਦੋਂ ਆਉਂਦੇ ਆ ਉਦੋਂ ਵੱਢਦੇ ਆ ਦੋਵਾਂ ਦਿਨਾਂ ਦਾ, ਅਤੇ ਫਿਰ ਛਿੱਲਦੇ ਆ ਛਿੱਲ ਕੇ ਫਿਰ ਅਗਲੇ ਦਿਨ ਲੈ ਜਾਂਦੇ ਆ, ਅਤੇ ਚੰਗੀ ਟਰਾਲੀ ਲੈ ਕੇ ਜਾਂਦੇ ਆ ਉਹ ਸਾਡੇ ਇੱਥੇ ਥੋੜ੍ਹੇ ਲੈ ਕੇ ਜਾਈਦਾ। ਅਤੇ ਬਾਕੀ ਹੁਣ ਤੂੜੀ ਚੱਕ ਲਈਏ ਫਿਰ ਅੱਗੇ ਜਾਂਦੇ ਪੱਠੇ ਵੱਢਣ, ਤੂੜੀ ਲੱਦ ਲਈ ਆ ਅਤੇ ਬਾਕੀ ਅਲੀ ਵੀ ਜਲਾ ਅੱਗੇ, ਅਤੇ ਮੈਂ ਲੈ ਕੇ ਜਾਣਾ ਫੱਟਾ ਕਿਉਂਕਿ ਉਹ ਖਾਲੇ ਜਿੱਦਣ ਨਹਿਰ ਦਾ ਪਾਣੀ ਲੱਗਣਾ ਨਾ ਉਦੋਂ ਦਾ ਖਾਲੇ ਪਾਣੀ ਅੱਗੇ ਗਿਆ ਤੋੜ ਤੋੜੀ, ਅਤੇ ਉਹ ਖਾਲਾ ਗਿੱਲਾ ਪੈਰ ਸਲਿੱਪਣਾ ਹੋਏ ਇਸ ਕਰਕੇ ਫੱਟਾ ਲੈ ਕੇ ਜਾਈਦਾ ਉਹ, ਅਤੇ ਫੱਟਾ ਚੱਕ ਲਿਆ ਵਾ ਅਤੇ ਹੁਣ ਫੱਟੇ ਚੱਕ ਦਿੱਤੇ ਆ ਮੈਂ, ਹੁਣ ਜਾਂਦੇ ਹਾਂ ਅੱਗੇ ਅਤੇ ਬਾਕੀ ਆ ਖੇਲ ਦੇ ਵਿੱਚੋਂ ਜਾਣਾ। ਆ ਬਰਸਨ ਭਰਿਆ ਨਾ ਇਸ ਕਰਕੇ ਹੁਣ ਇਹਦੇ ਵਿੱਚੋਂ ਜਾਈਦਾ, ਨਾਲੇ ਸਿੱਧੀ ਆ ਉੱਥੋਂ ਪੈਲੀ ਦੇ ਵਿੱਚ ਸਿੱਧੇ ਇੱਧਰ ਨੂੰ ਵੜ ਜਾਈਦਾ ਆ ਕੇ, ਅਤੇ ਬਾਕੀ ਉਹ ਉੱਥੋਂ ਆ ਕੇ ਉੱਪਰ ਨੂੰ ਜਾਣਾ ਪੈਂਦਾ ਫਿਰ ਇੱਧਰ ਨੂੰ ਆਉਣਾ ਪੈਂਦਾ ਬਰਸਨ ਖਾਣੀ, ਉੱਥੋਂ ਸਿੱਧੇ ਫੱਟੇ ਦੇ ਉੱਤੋਂ ਖਾਲਾ ਟੱਪ ਕੇ ਸਿੱਧੀ ਪੈਸ ਪੈਲੀ 'ਚ, ਅਸੀਂ ਤਾਂ ਸਿੱਧੀ ਪਿੱਛੇ ਰੇਹੜੀ ਦੇ ਉੱਤੇ ਪੱਠੇ ਸੁੱਟ ਦਈਦੇ, ਅਤੇ ਔਖਾ ਨਹੀਂ ਹੁੰਦਾ ਬੰਦਾ ਬਹੁਤ, ਉੱਧਰ ਦੀ ਟਾਈਮ ਵੀ ਬਹੁਤ ਲੱਗਦਾ ਵਾ, ਉੱਥੋਂ ਪਹਿਲਾਂ ਪਰਾਂ ਜਾਓ ਫਿਰ ਉੱਥੋਂ ਆਉਣ ਜਾਓ, ਉੱਥੋਂ ਉਹੀ ਬੰਦਾ ਜਿਹੜਾ ਇੱਥੇ ਤੱਕ ਸਿੱਧਾ ਆ ਜਾਂਦਾ ਉਹੀ ਆਉਣ ਜਾਣਾ ਪੈਂਦਾ ਵਾ। ਅਤੇ ਬਾਕੀ ਹੁਣ ਪੱਠੇ ਵੱਢ ਲਈਏ ਅਤੇ ਫਿਰ ਅੱਗੇ ਜਾਰੀ ਕਰਦਾ ਵਲੋਗ ਨੂੰ, ਵੀ ਪੱਠੇ ਵੱਢਾਂ ਦਿਆ ਵਾ ਅਤੇ ਬਾਕੀ ਹੁਣ ਮੈਂ ਭਰੀਆਂ ਭਰੀਆਂ ਪਾ ਲਈਏ ਫਿਰ ਪੱਠੇ ਚੱਕਦੇ ਹਾਂ ਅਤੇ ਫਿਰ ਬਾਅਦ 'ਚੋਂ ਫਿਰ ਅੱਗੇ ਵਲੋਗ ਬਣਾਉਂਦਾ। ਪੱਠੇ ਪੁੱਠੇ ਆ ਗਏ ਆ ਅਤੇ ਹੁਣ ਡਾਉਂਦੇ ਆ ਪਾਣੀ ਮੈਂ, ਅਤੇ ਬਾਕੀ ਵੀ ਪੱਠੇ ਲਾਉਂਦੇ ਆ, ਬਾਕੀ ਹੁਣ ਮੱਝਾਂ ਲੈ ਕੇ ਚੱਲਾਂ ਮੈਂ ਰੱਬਿਆਂ, ਮੱਝਾਂ ਵੱਝਾਂ ਲਿਆ ਅੱਜ ਅਤੇ ਬਾਕੀ ਮੈਂ ਲਾਉਂਦੀ ਆ ਅੱਗੇ, ਅਤੇ ਮੱਝਾਂ ਵੱਝਾਂ ਬੰਨ ਕੇ ਫਿਰ ਜਾਂਦਾ ਲਿਆ ਫੇਰਾ ਮਾਰ ਕੇ ਵੀ ਹਜੇ ਆਏ ਕਿ ਨਹੀਂ, ਨੌ ਵੱਜ ਗਏ ਅੱਜ ਤਾਂ ਹਜੇ ਕਰਾਏ ਨਹੀਂ ਗੇ, ਬਾਕੀ ਹੁਣ ਮੈਂ ਦੇਖਦਾ ਕੀ ਹਿਸਾਬ ਕਿਤਾਬ ਚੱਲਦਾ। ਮੱਝਾਂ ਵੱਝਾਂ ਬੰਨ ਦਿੱਤੀਆਂ ਸੀਗੀਆਂ ਅਤੇ ਮੈਂ ਫਿਰ ਚੱਲ ਗਿਆ ਲੇਬਰ ਵੱਲ, ਅਤੇ ਉਹਨਾਂ ਨੂੰ ਪੁੱਛਿਆ ਵੀ ਕਿੰਨਾ ਕੁ ਦਿਨ ਲੱਗੂਗੇ, ਕਹਿੰਦੇ 10-12 ਦਿਨ ਲੱਗ ਜਾਣੇ ਆ ਹਜੇ, ਬਾਕੀ ਹੁਣ ਮੈਂ ਜਾ ਘਰ ਦੱਸਦਾ ਆਪਾਂ ਨੂੰ ਵੀ ਉਹ ਕਹਿੰਦੇ 10-12 ਦਿਨ ਲੱਗਣੇ ਆ, ਅਤੇ 26-27 ਨੂੰ 27-28 ਨੂੰ ਮੀਂਹ ਦਾ ਕਹਿੰਦੇ ਆ 26 ਤਰੀਕ ਆ, ਅਤੇ 27-28 ਤੋਂ ਬੱਦਲ ਆ ਜਾਣੇ ਆ, ਅਤੇ 7-8 ਤੀਕਰ ਬਾਰਿਸ਼ ਦਾ ਦੱਸਿਆ ਵਾ, ਅਤੇ 7-8 ਤਰੀਕ 'ਤੇ ਬਾਰਿਸ਼ ਪਈ ਜਾਣੀ, ਬਾਕੀ ਹੁਣ ਮੈਂ ਆਪਾਂ ਨੂੰ ਦੱਸਦਾ ਵੀ ਕਹਿੰਦੇ 10-12 ਦਿਨ ਲੱਗ ਜਾਣੇ ਹੈ ਕਣਕ ਵੱਢਣ ਨੂੰ, ਅਤੇ ਬਾਅਦ ਫਿਰ ਇਕੱਠੀ ਵੀ ਕਰਨੀ, ਅਤੇ ਬਾਕੀ ਹੁਣ ਫਿਰ ਆਪਾਂ ਦੇਖਦੇ ਹਾਂ ਵੀ ਕੀ ਕਹਿੰਦੇ ਆ, ਇਹੀ ਲਾਉਣੀ ਕਿ ਵੈਪਨਾ ਵਧਾਉਣੀ, ਉਹ ਬਾਕੀ ਹੁਣ ਮੱਝਾਂ ਮੁੰਝਾਂ ਮੰਨਦੀਆਂ, ਹੁਣ ਮੈਂ ਚੱਲਾਂ ਪਿੰਡ ਅਤੇ ਪਿੰਡ ਜਾ ਕੇ ਦੇਖਦੇ ਹਾਂ ਕੀ ਬਣਦਾ, ਬਾਕੀ ਮੱਝਾਂ ਸਾਹਮਣੇ ਮੈਂ ਬੰਨ ਦਿੱਤੀਆਂ, ਫੋਕਸ ਨਹੀਂ ਸਹੀ ਹੋਣ ਦੇ ਲੱਗਦਾ ਟਾਈਮ ਦੇ ਉੱਤੇ ਮਿੱਟੀ ਲੱਗੀ ਹੈ। ਹਵੇਲੀ ਆ ਗਿਆ ਵਾਂ ਅਤੇ ਅਰੀ ਭੈਣ ਪੱਠੇ ਕੁਤਰ ਦਿੱਤੇ ਆ, ਅਤੇ ਗੋਹਾ ਗੋਹਾ ਅਰੀ ਭੈਣ ਵੈਪਰ ਮਾਰਤਾ ਫਿਰ ਮੈਂ ਗੋਹਾ ਚੱਕਿਆ ਵਾ ਅਤੇ ਪਾਣੀ ਪੁਣੀ ਡਾਲਤਾ ਸੀ ਅਰੀ ਭੈਣ ਨੇ, ਅਤੇ ਬਾਕੀ ਹੁਣ ਵਲੋਗ ਇੱਥੇ ਕਰਦੇ ਐਂਡ, ਅਤੇ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਕਰ ਦਿਓ।